ਹਾਂਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਹਾਜ਼ਰ ਸੋ ਜਿੰਦ ਬਰਾਲੀ ਚੈਨਲ ਉੱਤੇ ਅਤੇ ਪੇਜ ਉੱਤੇ ਤੁਹਾਡਾ ਸਵਾਗਤ ਹੈ ਤੇ ਜਿਨ੍ਹਾਂ ਵੀ ਰਣਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਵੀ ਜਰੂਰ ਕਰ ਲੈਣ ਅਤੇ ਬੈੱਲ ਵਾਲਾ ਬਟਨ ਵੀ ਦਬ ਲੈਣ ਤਾਂ ਕਿ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਜਰੂਰ ਮਿਲ ਸਕਣ ਤੇ ਅੱਜ ਆਪਾਂ ਗੱਲ ਕਰਾਂਗੇ ਮਹਾਰਾਜਾ ਖੜਕ ਸਿੰਘ ਬਾਰੇ ਸੋ ਸ਼ੇਰੇ ਪੰਜਾਬ ਦਾ ਕਾਲ ਚਲਾਣਾ ਹੋ ਜਾਂਦਾ ਹੈ ਤੇ ਜਦੋਂ ਸ਼ੇਰੇ ਪੰਜਾਬ ਬਿਮਾਰ ਸੀਗਾ ਉਦੋਂ ਡੋਗਰਿਆਂ ਨੇ ਡੋਗਰਿਆਂ ਦੇ ਜਿਹੜੇ ਮਨਸੂਬੇ ਸਨ ਰਾਜ ਭਗ ਹਥਿਆਉਣ ਦੇ ਤੇ ਉਹਨਾਂ ਨੇ ਕੀ ਕੀ ਹਨਾ ਕੀਤਾ ਸ਼ੇਰੇ ਪੰਜਾਬ ਦੇ ਪਰਿਵਾਰ ਦੇ ਨਾਲ ਤੁਸੀਂ ਸੁਣ ਕੇ 당 ਰਹਿ ਜਾਓਗੇ ਕਿ ਡੋਗਰੇ ਇੰਨੇ ਕਿ ਜ਼ਿਆਦਾ ਕੁੱਤੇ ਦੇ ਹੱਡ ਸਨ ਸੋ ਕਰਦਿਆਂ ਸ਼ੁਰੂ ਮਹਾਰਾਜਾ ਖੜਕ ਸਿੰਘ ਤੋਂ ਸੋ ਸਭ ਤੋਂ ਵੱਡੀ ਸਮਝਣ ਵਾਲੀ ਗੱਲ ਰਾਜਾ ਧਿਆਨ ਸਿੰਘ ਦੇ ਮਨਸੂਬੇ ਆ ਇਹ ਦੋਵੇਂ ਭਰਾ ਗੁਲਾਬ ਸਿੰਘ ਅਤੇ ਧਿਆਨ ਸਿੰਘ ਦੋਵੇਂ ਦੌਲਤ ਅਤੇ ਕਹਿ ਲਈਏ ਵੀ ਤਾਕਤ ਇਕੱਠੀ ਕਰਨ ਦੇ ਵਿੱਚ ਲੱਗੇ ਹੋਏ ਸਨ ਸੋ ਇਹਨਾਂ ਦੀ ਚਾਲ ਸੀਗੀ ਕਿ ਖੁਦ ਮੁਖਤਿਆਰ ਅਸੀਂ ਬਣੀਏ ਰਾਜ ਭਾਗ ਹਥਿਆਈਏ ਸੋ ਇਹਨਾਂ ਨੇ ਆਪਸ ਦੇ ਵਿੱਚ ਰਾਜ ਭਾਗ ਦੀਆਂ ਵੰਡੀਆਂ ਵੀ ਪਾ ਲਈਆਂ ਸੀ ਦੇਖੋ ਖਰਾਨੇ ਦੀ ਗੱਲ ਪਹਿਲਾਂ ਹੀ ਬਲਕਿ ਸ਼ੇਰੇ ਪੰਜਾਬ ਬਿਮਾਰ ਸੀ ਉਦੋਂ ਤੇ ਇਹਨਾਂ ਦੋਹਾਂ ਨੇ ਕਹ ਲਈਏ ਕਿ ਗੁਲਾਬ ਸਿੰਘ ਤਾਂ ਜੰਮੂ ਕਸ਼ਮੀਰ ਤੇ ਉੱਤਰੀ ਪੂਰਬੀ ਹਿੱਸਾ ਸੰਭਾਲੂਗਾ ਅਤੇ ਧਿਆਨ ਸਿੰਘ ਲਾਹੌਰ ਦਾ ਬਾਦਸ਼ਾਹ ਬਣ ਕੇ ਸਾਰੇ ਪੰਜਾਬ ਉਤੇ ਰਾਜ ਕਰੂਗਾ ਇਹ ਇਹਨਾਂ ਦੀ ਪਾਲਿਸੀ ਸੀ ਸੋ ਇਸ ਕੰਮ ਦੇ ਸਿਰੇ ਚੜ੍ਹਨ ਵਾਸਤੇ ਜ਼ਰੂਰੀ ਸੀ ਕਿ ਛੇਰੇ ਪੰਜਾਬ ਦੇ ਘਰਾਣੇ ਦੇ ਚੰਗੇ-ਚੰਗੇ ਬੰਦੇ ਜਿਹੜੇ ਸੋ ਉਹਨਾਂ ਨੂੰ ਖਤਮ ਕੀਤਾ ਜਾਵੇ। ਇਸ ਉਸਾਰੀ ਵਾਸਤੇ ਧਿਆਨ ਸਿੰਘ ਨੇ ਬੜੀਆਂ ਡੂੰਘੀਆਂ ਨੀਹਾਂ ਕੈ ਲਈ ਵੀ ਪੱਟੀਆਂ ਹੋਈਆਂ ਸਨ। ਸੋ ਉਹ ਟਿੱਕਾ ਖੜਕ ਸਿੰਘ ਨੂੰ ਸਰਕਾਰ ਦੀਆਂ ਨਜ਼ਰਾਂ ਤੋਂ ਦੂਰੇ ਰੱਖਦਾ ਅਤੇ ਉਹਨੂੰ ਸਰਕਾਰ ਦੀਆਂ ਨਜ਼ਰਾਂ ਤੋਂ ਗਰਾਉਣ ਦੀ ਹਰ ਵੇਲੇ ਕੋਸ਼ਿਸ਼ ਕਰਦਾ ਰਹਿੰਦਾ। ਉਹਦਾ ਅਕਸ ਖਰਾਬ ਕਰਨ ਦੀ। ਸੋ ਉਹਨੂੰ ਕਿਸੇ ਨਾ ਕਿਸੇ ਬਹਾਨੇ ਕੱਲੀ ਵੀ ਲਾਹੌਰ ਦਰਬਾਰ ਤੋਂ ਦੂਰ ਰੱਖਦਾ ਧਿਆਨ 'ਚ ਹੀ ਡੋਗਰਾ ਸੋ ਜਿਹੜੀ ਮੁਹਿੰਮ ਤੇ ਉਹਨੂੰ ਭੇਜਦਾ ਤਾਂ ਪਿੱਛੋਂ ਉਹਦੀ ਫੌਜ ਨੂੰ ਨਾ ਤਾਂ ਉਹ ਰਸਦ ਪਾਣੀ ਭੇਜਦਾ ਤੇ ਨਾ ਹੀ ਜੰਗੀ ਸਮਾਨ ਭੇਜਦਾ ਮੁਹਿੰਮ ਫੇਲ ਹੋ ਜਾਂਦੀ ਅਤੇ ਉਹ ਸ਼ੇਰੇ ਪੰਜਾਬ ਨੂੰ ਕਹਿੰਦਾ ਕਿ ਇਹ ਜਿਹੜਾ ਸ਼ਹਿਜ਼ਾਦਾ ਇਹ ਗੱਦੀ ਦੇ ਲਾਇਕ ਨਹੀਂ ਹੈਗਾ ਸੋ ਇਦਾਂ ਦੀਆਂ ਚਾਲਾਂ ਉਹ ਚੱਲਦਾ ਸੋ ਵਜੀਰ ਦੀ ਤਾਕਤ ਧਿਆਨ ਸਿੰਘ ਡੋਗਰੇ ਦੀ ਇੰਨੀ ਵੱਧ ਗਈ ਸੀ ਕਿ ਖੁਦ ਖਾਸ ਕਰਕੇ ਖੜਕ ਸਿੰਘ ਅਤੇ ਸ਼ੇਰ ਸਿੰਘ ਕਈ ਕਈ ਘੜੀਆਂ ਬੂਹੇ ਅੱਗੇ ਬਾਹਰ ਖੜੇ ਰਹਿੰਦੇ ਸਨ ਪਰ ਉਹਨਾਂ ਨੂੰ ਮਹਾਰਾਜ ਦੇ ਹਜ਼ੂਰੀ ਤੱਕ ਨਾ ਪਹੁੰਚਣ ਦਿੰਦਾ ਹੈ ਧਿਆਨ ਸਿੰਘ ਡੋਗਰਾ ਇਹਦੇ ਉਲਟ ਉਹ ਆਪਣੇ ਪੁੱਤਰ ਹੀਰਾ ਸਿੰਘ ਨੂੰ ਹਰ ਵੇਲੇ ਮਹਾਰਾਜ ਰਾਜੇ ਸਿੰਘ ਦੇ ਕੋਲ ਰੱਖਦਾ ਤੇ ਸ਼ੇਰੇ ਪੰਜਾਬ ਵੀ ਡੋਗਰਿਆਂ ਦੇ ਉੱਤੇ ਇੰਨੇ ਮਿਹਰਬਾਨ ਸਨ ਕਹਿ ਲਈਏ ਬਈ ਕਿ ਹੀਰਾ ਸਿੰਘ ਨੂੰ ਡੋਗਰੇ ਦੇ ਮੁੰਡੇ ਨੂੰ ਧਿਆਨ ਦੇ ਡੋਗਰੇ ਦੇ ਮੁੰਡੇ ਹੀਰਾ ਸਿੰਘ ਨੂੰ ਬੱਚੜੀ ਕਹਿ ਕੇ ਗੋਦ ਵਿੱਚੋਂ ਨਾ ਉਤਾਰ ਦੇ ਸੋ ਹੋਰ ਤਾਂ ਹੋਰ ਉਹ ਤੋਂ ਬਿਨਾ ਪਾਲਕੀ 'ਚ ਨਾ ਬੰਦੇ ਤੇ ਉਹ ਧਿਆਨ ਹੀ ਡੋਗਰੇ ਦੇ ਬੇਟੇ ਦੇ ਸਹਰਾਣੇ ਉਹ ਰੋਜ਼ 500 ਰੁਪਏ ਦੀ ਥੈਲੀ ਰੱਖ ਦੇ ਖੈਰਾਤ ਵੰਡਣ ਲਈ ਉਨਾ ਵਿੱਚੋਂ ਥੋੜੇ ਬਹੁਤੇ ਪੈਸੇ ਉਹ ਗਰੀਬਾਂ ਨੂੰ ਵੰਡ ਕੇ ਬਾਕੀ ਸਾਰੇ ਡੋਗਰੇ ਆਪ ਅੜਾ ਦੰਦੇ ਆਪਣੇ ਪੂਰਾ ਰੱਖ ਲੈਂਦੇ ਇਸ ਤੋਂ ਅੱਗੇ ਖੜਕ ਸਿੰਘ ਦੀ ਥਾਂ ਨੌਨਿਹਾਲ ਸਿੰਘ ਨੂੰ ਤਖਤ ਮਿਲੇ ਇਹਦੇ ਉੱਤੇ ਆਪਾਂ ਗੱਲ ਕਰਦੇ ਹਾਂ ਡੋਗਰਿਆਂ ਦੀ ਜਿਹੜੀ ਚਾਲ ਸੀਗੀ ਸੋ ਰਾਜਾ ਧਿਆਨ ਸਿੰਘ ਦੀ ਪਹਿਲੀ ਚਾਲ ਸੀ ਇਹ ਕਿ ਖੜਕ ਸਿੰਘ ਦੀ ਥਾਂ ਕਵਰ ਨੌਨਿਹਾਲ ਸਿੰਘ ਨੂੰ ਤਖਤ ਤੇ ਬਿਠਾਇਆ ਜਾਵੇ ਇਹਦਾ ਸਿੱਟਾ ਜਿਹੜਾ ਇਹ ਇਹ ਨਿਕਲੂਗਾ ਕਿ ਦੋਵੇਂ ਪਿਓ ਪੁੱਤਰ ਆਪਸ ਦੇ ਵਿੱਚ ਲੜ ਪੈਣਗੇ ਤੇ ਮੁਗਲਾਵਾਲੀ ਖਾਨਾ ਜੰਗੀ ਸਿੱਖ ਘਰਾਣੇ ਦੇ ਵਿੱਚ ਆਜੂਗੀ ਸੋ ਆਪਸ ਦੇ ਵਿੱਚ ਲੜ ਕੇ ਇਹ ਮਰਨਗੇ ਸੋ ਡੋਗਰੇ ਆ ਬਾਤ ਤੇ ਰਾਹ ਸਾਫ ਹੋ ਜਾਊਗਾ ਇਹ ਇਹਦੀ ਚਾਲ ਸੀ ਉਹਨੇ ਅੰਦਰੇ ਅੰਦਰ ਖੜਕ ਸਿੰਘ ਨੌਨਿਹਾਲ ਸਿੰਘ ਤੇ ਛੇਰ ਸਿੰਘ ਨੂੰ ਆਪਸ ਦੇ ਵਿੱਚ ਚੁਗਲੀਆਂ ਕਰਕੇ ਪਾੜਿਆ ਹੋਇਆ ਸੀ ਡੋਗਰੇ بڑے ਕੁੱਤੇ ਦੇ ਹੱਟ ਸਨ ਤੇ ਮਗਰਲਿਆਂ ਦੋਹਾਂ ਦੇ ਨਾਲ ਤਖਤ ਤੇ ਬਿਠਾਉਣ ਦਾ ਇਹਨਾਂ ਨੇ ਇਕਰਾਰ ਕੀਤਾ ਹੋਇਆ ਸੀ ਕੰਵਰ ਨੂੰ ਤਖਤ ਦੇਣ ਬਦਲੇ ਉਸਨੇ ਸਾਰਾ ਜੋਰ ਲਾਇਆ ਪਰ ਸ਼ੇਰੇ ਪੰਜਾਬ ਦੇ ਸਾਹਮਣੇ ਡੋਗਰਿਆਂ ਦੀ ਪੇਛ ਨਾ ਗਈ। ਸੋ ਮਹਾਰਾਜੇ ਨੇ ਵੱਡੇ ਪੁੱਤਰ ਖੜਕ ਸਿੰਘ ਨੂੰ ਆਪਣੇ ਹੱਥੀ ਰਾਜਪਾਗ ਦੇ ਕੇ ਰਾਜ ਤਿਲਕ ਦੇ ਕੇ ਪੰਜਾਬ ਦਾ ਮਹਾਰਾਜਾ ਪ੍ਰਗਟ ਕਰਤਾ ਤੇ ਹੀ ਰਾਜਾ ਧਿਆਨ ਸਿੰਘ ਨੂੰ ਉਹਦਾ ਵਜ਼ੀਰ ਥਾਪਤਾ ਡੋਗਰੇ ਨੂੰ। ਸੋ ਖੜਕ ਸਿੰਘ ਦੇ ਤਖਤ ਤੇ ਬੈਠਣ ਸਮੇਂ ਸ਼ੇਰ ਸਿੰਘ ਨੇ ਡੋਗਰਿਆਂ ਦੇ ਕਹ ਲਈਏ ਉਭਾਰਨ ਤੇ ਤਖਤ ਵਾਸਤੇ ਬਗਾਵਤ ਕਰਦੀ। ਚੱਕ ਚਾ ਕੇ ਪਰ ਕੁਝ ਸਰਦਾਰਾਂ ਨੇ ਵਿੱਚ ਪੈ ਕੇ ਦੋਹਾਂ ਭਰਾਵਾਂ 'ਚ ਸੁਲਾ ਕਰਾਈ ਖੜਕ ਸਿੰਘ ਨੇ ਸ਼ੇਰ ਸਿੰਘ ਦੀ ਜਗੀਰ ਦੇ ਵਿੱਚ 1 ਲੱਖ ਸਾਲ ਦਾ ਵਾਅਦਾ ਕਰਤਾ ਤੇ ਮਗਰਲੇ ਨੇ ਪਹਿਲੇ ਨੂੰ ਪੰਜਾਬ ਦਾ ਮਹਾਰਾਜਾ ਮੰਨ ਲਿਆ ਭIAN ਸਿੰਘ ਨੇ ਵੀ ਵੇਲਾ ਦੇਖ ਕੇ ਸ਼ੇਰ ਸਿੰਘ ਨੂੰ ਜੇ ਚੁੱਪ ਰਹਿਣ ਵਾਸਤੇ ਕਹਿਤ ਵੀ ਤੂੰ ਚੁੱਪ ਰਹਿ ਜਾ ਅਤੇ ਇਕਰਾਰ ਕਰਿਆ ਕਿ ਛੇਤੀ ਹੀ ਤੈਨੂੰ ਰਾਜ ਭਾਗ ਦੀ ਗੱਦੀ ਜਿਹੜੀ ਉਹ ਦਵਾਉਂਗਾ ਸੋ ਸ਼ੇਰ ਸਿੰਘ ਵੀ ਹੋਰ ਕੋਈ ਚਾਰਾਣਾ ਦੇਖ ਕੇ ਚੁੱਪ ਕਰ ਰਿਹਾ ਤੇ ਬਟਾਲੇ ਵੱਲੋਂ ਚਲੇ ਗਿਆ ਛੇਤੀ ਪਿੱਛੋਂ ਖੜਕ ਸਿੰਘ ਤੇ ਡੋਗਰਿਆਂ ਦੇ ਵਿੱਚ ਅਣਬਣ ਹੋ ਗਈ। ਮਹਾਰਾਜੇ ਦੇ ਹੁਕਮ ਵਿਰੁੱਧ ਧਿਆਨ ਸਿੰਘ ਆਪਣੀ ਮਨਮਰਜ਼ੀ ਲੱਗ ਪਿਆ ਕਰਨ। ਉਹਦੇ ਇੰਨੇ ਹੌਸਲੇ ਵਰਗੇ ਸੀ ਡੋਗਰੇ ਤੇ। ਸੋ ਉਧਰ ਖੜਕ ਸਿੰਘ ਨੂੰ ਵੀ ਡੋਗਰਿਆਂ ਦੀ ਤਾਕਤ ਘਟਾਉਣ ਦੀ ਸੋਝੀ। ਖੜਕ ਸਿੰਘ ਨੇ ਉਹਨੇ ਹੁਕਮ ਕੀਤਾ ਕਿ ਹੁਣ ਧਿਆਨ ਸਿੰਘ ਡੋਗਰਾ ਹੀਰਾ ਸਿੰਘ ਦੇ ਜਨਾਨ ਖਾਨੇ ਵਿੱਚ ਨਾ ਜਾਇਆ ਕਰੇ। ਸੋ ਇਸ ਗੱਲ ਤੋਂ ਧਿਆਨ ਸਿੰਘ ਗੁੱਸੇ ਹੋ ਗਿਆ। ਤੇ ਕਹਿਣ ਲਗਾ ਕਿ ਇਹ ਇਸ ਅਧਿਕਾਰ ਤੋਂ ਬਿਨਾ ਮੈਂ ਵਜਾਰਤਾ ਦਾ ਕੰਮ ਚੰਗੀ ਤਰ੍ਹਾਂ ਨਹੀਂ ਦੇਖ ਸਕਾਂਗਾ ਹੁਣ ਦੁਸ਼ਮਣੀ ਦੋਨਾਂ ਵਿੱਚ ਖੁੱਲ੍ਹਮੁਖੁੱਲੀ ਵੱਧ ਗਈ ਮਹਾਰਾਜਾ ਖੜਕ ਸਿੰਘ ਨੇ ਚੇਤ ਸਿੰਘ ਨੂੰ ਆਪਣਾ ਸਲਾਹਕਾਰ ਬਣਾ ਲਿਆ ਧਿਆਨ ਸਿੰਘ ਨੇ ਖਾਲਸਾ ਫੌਜ ਦੇ ਵਿੱਚ ਝੂਠੀ ਗੱਲ ਪ੍ਰਚਾਰਤੀ ਕਿ ਸਰਦਾਰ ਚੇਤ ਸਿੰਘ ਅੰਗਰੇਜ਼ਾਂ ਦਾ ਮਿੱਤਰ ਹੈ ਤੇ ਉਹਦੀ ਸਲਾਹ ਦੇ ਨਾਲ ਖੜਕ ਸਿੰਘ ਪੰਜਾਬ ਹੈ ਜਿਹੜਾ ਅੰਗਰੇਜ਼ਾਂ ਦੇ ਹਵਾਲੇ ਕਰਨਾ ਚਾਹੁੰਦਾ ਤੇ ਉਹਨੇ ਰੁਪਈਏ ਪਿੱਛੇ ਇੱਕ ਆਨਾ ਅੰਗਰੇਜ਼ਾਂ ਨੂੰ ਦੇਣਾ ਮੰਨ ਵੀ ਲਿਆ ਸੋ ਛੇਤੀ ਹੁਣ ਕਹਿੰਦਾ ਕਿ ਅੰਗਰੇਜ਼ੀ ਸਰਕਾਰ ਇਹੜੀ ਪੰਜਾਬ ਤੇ ਕਬਜ਼ਾ ਕਰ ਲੂਗੀ ਤੇ ਸਿੱਖ ਫੌਜ ਫੌਜ ਦੀ بجائے ਉਹ ਆਪਣੇ ਅੰਗਰੇਜ਼ ਸਿਪਾਹੀ ਰੱਖਣਗੇ ਹੁਣ ਇਹ ਗੱਲ ਉਹਨੇ ਝੂਠੀ ਫੌਜ ਦੇ ਵਿੱਚ ਫਲਾਤੀ ਸੋ ਧਿਆਨ ਸਿੰਘ ਦਾ ਇਹ ਜਾਦੂ ਸਿੱਖ ਫੌਜਾਂ ਉੱਤੇ ਚੱਲ ਵੀ ਪਿਆ ਤੇ ਉਹਨਾਂ ਨੇ ਗੱਲ ਵੀ ਮੰਨ ਲਈ ਸੋ ਇੱਥੇ ਮੈਂ ਕਹਿਣਾ ਚਾਹੁੰਨਾ ਇੱਕ ਕਿ ਅੱਜ ਵੀ ਹੋਈ ਕੁਝ ਹੋ ਰਿਹਾ ਸਾਨੂੰ ਦਿਖਾਇਆ ਕੁਝ ਹੋਰ ਜਾਂਦਾ ਤੇ ਅੰਦਰਲੀ ਗੱਲ ਕੁਝ ਹੋਰ ਹੁੰਦੀ ਹੈ ਇਤਿਹਾਸ ਤੋਂ ਸੇਧ ਲੈਣ ਦੀ ਲੋੜ ਹੁੰਦੀ ਹੈ ਠੀਕ ਹੈ ਜੀ ਕਿਉਂਕਿ ਅਸੀਂ ਵੀ ਅੱਜ ਐਸੇ ਇੱਕ ਫਸੇ ਹੋਏ ਆ ਕਿ ਜਿਹੜਾ ਚਾਰ ਤਕਰੀਰਾਂ ਕਰ ਦਿੰਦਾ ਸੀ ਉਹਦੇ ਮਗਰ ਲੱਗ ਤੁਰਦੇ ਆ ਤੋ ਆਪਣਾ ਉल्लू ਸਿੱਧਾ ਕਰਕੇ ਆਪਾਂ ਨੂੰ ਵਾਰਤ ਕੇ ਲੰਘ ਜਾਂਦਾ ਰਾਜਨੀਤੀ ਸਮਝੋ ਇਤਿਹਾਸ ਦੇ ਜਿਹੜੇ ਪੱਤਰੇ ਹੁੰਨੇ ਆ ਫੋਲ ਕੇ ਦੇਖਿਆ ਕਰੋ ਤਾਂ ਕਿ ਤੁਹਾਨੂੰ ਇਹ ਸਿੱਧੇ ਰਸਤੇ ਆਪਾਂ ਪੈ ਸਕੀਏ ਠੀਕ ਹੈ ਜੀ ਤੋ ਗੱਲ ਕਰਦੇ ਆ ਇਹ ਝੂਠੀ ਗੱਲ ਉਹਨੇ ਫੌਜ ਵਿੱਚ ਫਲਾਈ ਉਹ ਮਹਾਰਾਜਾ ਖੜਕ ਸਿੰਘ ਦੇ ਫੌਜਾਂ ਖਿਲਾਫ ਹੋ ਗਈਆਂ ਅੰਤ ਧਿਆਨ ਸਿੰਘ ਨੇ ਇਹ ਤਜਵੀਰ ਫੌਜ ਦੇ ਪੰਚਾਂ ਕੇ ਰੱਖੀ ਕਿ ਛੇਰੇ ਪੰਜਾਬ ਦੀ ਸ਼ਾਨ ਅਤੇ ਸਿੱਖਾਂ ਨੂੰ ਕਾਇਮ ਸਿੱਖ ਰਾਜ ਨੂੰ ਕਾਇਮ ਰੱਖਣ ਦਾ ਇੱਕੋ ਇੱਕ ਢੰਗ ਹੈ ਕਿ ਖੜਕ ਸਿੰਘ ਦੀ ਥਾਂ ਕਮਰ ਨੌਨਿਹਾਲ ਸਿੰਘ ਨੂੰ ਰਾਜ ਤਖਤੇ ਬਿਠਾਇਆ ਜਾਵੇ ਸਿੱਖ ਫੌਜਾਂ ਇਸ ਸਲਾਹ ਦੇ ਵਿੱਚ ਧਿਆਨ ਸਿੰਘ ਦੀ ਹਾਮੀ ਹੋ ਗਈਆਂ ਮੰਨ ਗਈਆਂ ਕਿ ਠੀਕ ਆ ਵੀ ਨੌਨਿਹਾਲ ਸਿੰਘ ਨੂੰ ਬਣਾਓ ਉਹਨਾਂ ਦੇ ਅਜ ਕਬਰ ਨੌਨਿਹਾਲ ਸਿੰਘ ਪੇਸ਼ਾਵਰ ਦਾ ਗਵਰਨਰ ਸੀਗਾ ਨੌਨਿਹਾਲ ਸਿੰਘ ਜਿਹੜੇ ਪੰਜਾਬ ਦਾ ਪੋਤਾ ਸੀ ਉਸ ਵੇਲੇ ਉਹ ਪਸ਼ਾਵਰ ਦੇ ਵਿੱਚ ਸੀ ਧਿਆਨ ਸਿੰਘ ਦਾ ਭੇਜਿਆ ਹੋਇਆ ਗੁਲਾਬ ਸਿੰਘ ਉਹਨੂੰ ਉੱਥੋਂ ਸਖਾਸ ਖੂਕਿਆਂ ਪੜਾ ਕੇ ਲੈ ਕੇ ਆਇਆ ਪਸ਼ਾਵਰ ਤੋਂ ਤੇ ਲਾਹੌਰ ਲਿਆਇਆ ਉਹਨੂੰ ਇੱਥੇ ਸ਼ਾਹੀ ਮਹਿਲਾਂ ਦੇ ਵਿੱਚ ਇੱਕ ਗੁਪਤ ਮੀਟਿੰਗ ਹੋਈ ਜ ਜਿਹਦੇ ਵਿੱਚ ਤਿੰਨੇ ਭਰਾ ਡੋਗਰੇ ਕੰਵਰ ਨੌਨਿਹਾਲ ਸਿੰਘ ਕੰਵਰ ਦੀ ਮਾਤਾ ਚੰਦ ਕੌਰ ਚਾਰੇ ਸਰਦਾਰ ਅਤਰ ਸਿੰਘ ਲੈਣਾ ਸੀ ਕਹਿਰ ਸਿੰਘ ਅਜੀਤ ਸਿੰਘ ਸੰਧਾਵਾਲੀਆ ਰਾਜਾ ਹੀਰਾ ਸਿੰਘ ਕੇਸਰੀ ਸਿੰਘ ਲਾਲ ਸਿੰਘ ਤੇ ਗਾਰਡਨਰ ਸ਼ਾਮਲ ਸਨ ਹੁਣ ਝੂਠੇ ਖੱਤ ਧਿਆਨ ਸਿੰਘ ਨੇ ਸਰਦਾਰ ਚੇਤ ਸਿੰਘ ਅਤੇ ਮਹਾਰਾਜਾ ਖੜਕ ਸਿੰਘ ਦੇ ਵਿਰੁੱਧ फडकाया ਤਾਂ ਹੈ ਹੀ ਸੀ ਸਗੋਂ ਸਬੂਤ ਵੱਜੋਂ ਉਹਨੇ ਝੂਠੇ ਖੱਤ ਵੀ ਲਿਖਾਤੇ ਪੇਸ਼ ਕਰਤੇ ਫੌਜ ਸਾਹਮਣੇ ਦਿਨਾਂ ਦੇ ਵਿੱਚੋਂ ਇੱਕ ਮਹਾਰਾਜਾ ਖੜਕ ਸਿੰਘ ਦੇ ਨਾਂ ਸੀ ਖਤ ਦੂਜਾ ਚੇਤ ਸਿੰਘ ਦੇ ਨਾਂ ਤਾਂ ਸੂ ਇਹਨਾਂ ਨਾਮਾ ਇਹਟ ਅੰਗਰੇਜ਼ਾਂ ਨੂੰ ਲਿਖਿਆ ਹੋਇਆ ਸੀ ਇਹਨਾਂ 'ਚ ਲਿਖਤਾ ਉਹਨਾਂ ਨੇ ਝੂਠਾ ਹੀ ਡੋਗਰੇ ਨੇ ਕਿ ਪੰਜਾਬ ਅੰਗਰੇਜ਼ਾਂ ਦੇ ਅਧੀਨ ਹੋ ਜਾਏ ਰਾਜ ਤੇ ਕਾਨੂੰਨ ਅੰਗਰੇਜ਼ੀ ਹੋਣ ਸਿੱਖ ਫੌਜਾਂ ਦੇ ਸਰਦਾਰਾਂ ਦੀ ਥਾਂ ਅੰਗਰੇਜ਼ੀ ਫੌਜ ਅਤੇ ਅਫਸਰ ਹੋਣ ਖੜਕ ਸਿੰਘ ਨਾ ਮਾਤਰ ਬਾਦਸ਼ਾਹ ਰਹੇ ਰੋਪੇ ਵਿੱਚ 6 ਅੰਨੇ ਅੰਗਰੇਜ਼ ਆਪਣੇ ਖਰਚ ਵਾਸਤੇ ਰੱਖ ਰੱਖ ਲੈਣ ਅਤੇ 10 ਅੰਨੇ ਕਹਿ ਲਈ ਵੀ ਖੜਕ ਸਿੰਘ ਨੂੰ ਪੈਨਸ਼ਨਾਂ ਵਜੋਂ ਦਿੱਤੇ ਜਾਣ। ਸੋ ਇਹ ਖਤ ਬੇਕੇ ਸਾਰੇ ਹੀ ਭੜਕ ਗਏ। ਇੱਥੋਂ ਤੱਕ ਕਿ ਚੰਦਕੌਰ ਤੇ ਨੌਨਿਹਾਲ ਸਿੰਘ ਵੀ ਖੜਕ ਸਿੰਘ ਦੇ ਵਿਰੁੱਧ ਹੋ ਗਏ। ਸੋ ਡੋਗਰੇ ਦੀ ਚਾਲ ਚੱਲ ਪਈ। ਦੇਖ ਲਓ। ਤੇ ਧਿਆਨ ਸਿੰਘ ਨੇ ਉੱਪਰੋਂ ਕਿਹਾ ਕਿ ਖਾਲਸੇ ਦੀ ਇੱਜ਼ਤ ਤੇ ਪੰਜਾਬ ਦੀ ਆਜ਼ਾਦੀ ਇਥੇ ਢੰਗ ਨਾਲ ਬਚ ਸਕਦੀ ਹੈ। ਕਿ ਸੁਚੇਤ ਸਿੰਘ ਜਿਹਦੀ ਸਲਾਹ ਨਾਲੇ ਸਾਰਾ ਕੁਝ ਹੁੰਦਾ ਏ। ਤੇ ਕਹ ਲਈਏ ਵੀ ਅ ਖੜਕ ਸਿੰਘ ਨੂੰ ਤਖਤ ਤੋਂ ਉਤਾਰ ਦਿੱਤਾ ਜਾਵੇ। ਅਤੇ ਇਹਨਾਂ ਨੂੰ ਕੈਦ ਕਰ ਲਿਆ ਜਾਵੇ ਸੁਚੇਤ ਸਿੰਘ ਵਰਗਿਆਂ ਨੂੰ ਤੇ ਉਹ ਤੋਂ ਬਾਅਦ ਸੰਧਾ ਵਾਲੀਆ ਉਹ ਮੜਿਆ ਸਮਰਦਾਰ ਜੀ ਕਾ ਉਹਨੇ ਇਸ ਗੱਲ ਦੀ ਵਿਰੋਧਤਾ કરી ਕਿ ਖੜਕ ਸਿੰਘ ਨੂੰ ਰਾਜ ਗੱਦੀ ਪਰ ਤੇ ਨਹੀਂ ਤਾਰਨਾ ਸੋ ਉਹ ਕਹਿੰਦੇ ਵੀ ਜਿਹੜਾ ਚੇਤ ਸਿੰਘ ਹੈ ਖੜਕ ਸਿੰਘ ਦਾ ਸਲਾਹਕਾਰ ਹੈ ਉਹਨੂੰ ਮਾਰ ਦਿੱਤਾ ਜਾਵੇ ਸੰਧਾ ਵਾਲੀਆ ਨੇ ਵਿਰੋਧਤਾ કરી ਧਿਆਨ ਸਿੰਘ ਨੇ ਕਿਹਾ ਫੇਰ ਯਕੀਨ ਹੋਇਆ ਧਿਆਨ ਸਿੰਘ ਨੇ ਕਿ ਜੇ ਮੇਰੇ ਮਨ 'ਚ ਬੇਈਮਾਨੀ ਹੁੰਦੀ ਤਾਂ ਮੈਂ ਕੰਵਰ ਨੂੰ ਰਾਹ ਦੇਣ ਦੇ ਹੱਕ ਵਿੱਚ ਨਾ ਹੁੰਦਾ ਸੋ ਐਨੀ ਸੁਣ ਕੇ ਉਹ ਵੀ ਮੰਨ ਗਏ ਇੰਦੀਆਂ ਗੱਲਾਂ ਚਾਗੇ ਡੋਗਰੇਆਂ ਦੀ ਡੋਗਰੇਆਂ ਦਾ ਮੋਢੀ ਮੰਤਰ ਹੈ ਸਾਰਿਆਂ ਉੱਤੇ ਚੱਲ ਪਿਆ ਅੰਤ ਨੂੰ ਫੈਸਲਾ ਹੋ ਗਿਆ ਕਿ ਚੇਤ ਸਿੰਘ ਨੂੰ ਕਤਲ ਕਰ ਦਿੱਤਾ ਜਾਵੇ ਖੜਕ ਸਿੰਘ ਨੂੰ ਤਖਤ ਤੋਂ ਲਾ ਕੇ ਨਜ਼ਰਬੰਦ ਕਰ ਲਿਆ ਜਾਵੇ ਅਤੇ ਕੰਵਰ ਨੌਨਿਹਾਲ ਸਿੰਘ ਨੂੰ ਤਖਤ ਉੱਤੇ ਬਿਠਾਇਆ ਜਾਵੇ ਤੇ ਧਿਆਨ ਸਿੰਘ ਡੋਗਰੇ ਨੂੰ ਉਹਦਾ ਵਜ਼ੀਰ ਥਾਪਿਆ ਜਾਵੇ ਸੋ ਅੱਗੇ ਹੁਣ ਖੜਕ ਸਿੰਘ ਦਾ ਕਤਲ ਕਿੱਦਾਂ ਹੁੰਦਾ ਅੱਗੇ ਕੀ ਬੀਤਦੀ ਹੈ ਦਰਬਾਰ ਦੇ ਵਿੱਚ ਜੋ ਸਾਜ਼ਿਸ਼ਾਂ ਉਹ ਹੁਣ ਤੁਹਾਨੂੰ ਅਗਲੀ ਵੀਡੀਓ ਵੀ ਦੱਸਾਂਗੇ ਆਪਾਂ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਫੇ ਤੁਸੀਂ ਸੁਣਦੇ ਨਹੀਂ ਹੈਗੇ ਇਸ ਲਈ ਛੋਟੇ-ਛੋਟੇ ਵੀਡੀਓ ਤੁਹਾਡਾ ਸਮਾਂ ਵੀ ਬਚਦਾ ਰਹੇ ਅਤੇ ਆਪਾਂ ਇਹ ਜਿਹੜੀਆਂ ਰੋਚਕ ਗੱਲਾਂ ਐ ਇਹ ਦੁੱਖ ਭਰੇ ਕિસ્ਸੇ ਐ ਜਿਹੜੇ ਜਿਨ੍ਹਾਂ ਦੇ ਕਾਰਨ ਸਾਡਾ ਖਾਲਸਾ ਰਾਜ ਖੁੱਸਿਆ ਤੇ ਮੈਂ ਸਮਝਦਾ ਕਿ ਇਹ ਜਿਹੜੀਆਂ ਚਾਲਾਂ ਡੋਗਰਿਆਂ ਵਰਗਿਆਂ ਨੇ ਚੱਲੀਆਂ ਇਹਹੀ ਚਾਲਾਂ ਅੱਜ ਵੀ ਚੱਲ ਹੋ ਰਹੀਆਂ ਤੇ ਇਹਨਾਂ ਤੋਂ ਸਾਨੂੰ ਸਿਹਤ ਲੈਣ ਦੀ ਲੋੜ ਆ ਠੀਕ ਆ ਜੀ ਸੋ ਅੱਗੇ ਹੁਣ ਕੀ ਹੋਇਆ ਇਹ ਤੁਹਾਡੀ ਨਜ਼ਰ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਸੋ ਉਰੋ ਤੱਕ ਬਲਾਓ ਫਤਿਹ ਸ਼ੇਅਰ ਜ਼ਰੂਰ ਕਰਿਆ ਕਰੋ ਆਪਣਾ ਮਾਨ ਮਤਾ ਇਤਿਹਾਸ ਹੈ ਤਾਂ ਕਿ ਲੋਕ ਇਹਨੇ ਤੋਂ ਸਿਹਤ ਲੈ ਸਕਣ ਤੇ ਆਪਣੀ ਜਾਣਕਾਰੀ ਦੇ ਵਿੱਚ ਵਾਧਾ ਕਰ ਸਕਣ ਠੀਕ ਆ ਜੀ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਅ ਅਗਲੀ ਵੀਡੀਓ ਅ ਤੱਕ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ